ਕੱਲ੍ਹ ਪੰਜਾਬ ਦਾ ਬਜਟ ਸੁਣਿਆ ਹੋਣਾ ਅਤੇ ਸ਼ਾਇਦ ਬਹੁਤ ਲੋਕਾਂ ਨੂੰ ਉਹਦੇ ਤੋਂ ਆਸਾਂ ਵੀ ਬੱਝੀਆਂ ਹੋਣੀਆਂ ਨੇ ਵੀ ਇਹ ਬਜਟ ਜੋ ਹੈ ਇਹਦੇ ਵਿੱਚ ਕਾਫੀ ਐਲਾਨ ਵੀ ਕੀਤੇ ਗਏ ਅਤੇ ਮੈਂ ਅੱਜ ਤੁਹਾਡੇ ਰੂਬਰੂ ਹੋਇਆ ਇਸ ਜੋ ਬਜਟ ਕੱਲ੍ਹ ਪੇਸ਼ ਕੀਤਾ ਗਿਆ ਪੰਜਾਬ ਸਰਕਾਰ ਦਾ ਉਹਦੇ 'ਤੇ ਆਪਣੀ ਰਾਏ ਰੱਖਣ ਨੂੰ ਅਤੇ ਜਿਹੜੇ ਤੱਥ ਨੇ ਬਹੁਤ ਤੱਥ ਐਸੇ ਨੇ ਜਿਹੜੇ ਆਮ ਲੋਕਾਂ ਦੇ ਸਾਹਮਣੇ ਨਹੀਂ ਆਉਂਦੇ ਉਹ ਜਿਹੜੇ ਸਾਰੇ ਤੱਥ ਜਿਹੜਾ ਮੈਂ ਅੱਜ ਤੁਹਾਡੇ ਨਾਲ ਸਾਂਝੇ ਕਰਨ ਵਾਸਤੇ ਇੱਥੇ ਤੁਹਾਡੇ ਰੂਬਰੂ ਹੋਇਆ। ਪਹਿਲੀ ਗੱਲ ਤਾਂ ਇਸ 'ਤੇ ਮੇਰੀ ਕੀ ਰਾਏ ਹੈ, ਮੈਂ ਸਮਝਦਾ ਕਿ ਮੈਂ ਭਾਵੇਂ ਮਨਪ੍ਰੀਤ ਸਿੰਘ ਬਾਦਲ ਜਿਹੜੇ ਸਾਡੇ ਵਿੱਤ ਮੰਤਰੀ ਨੇ ਉਹਨਾਂ ਦਾ ਬਹੁਤ ਸਤਿਕਾਰ ਕਰਦਾ, ਉਹਨਾਂ ਦੀ ਬੜੀ ਇੱਜ਼ਤ ਕਰਦਾ ਅਤੇ ਮੈਨੂੰ ਉਹਨਾਂ ਦੀ ਜੋ ਇੰਟੈਂਸ਼ਨ ਨੇ ਉਹਨਾਂ ਦੀ ਜੋ ਮਨਸ਼ਾ ਹੈ ਜਾਂ ਉਹਨਾਂ ਦੀ ਕਾਬਲੀਅਤ 'ਤੇ ਮੈਂ ਕੋਈ ਸ਼ੱਕ ਨਹੀਂ ਕਰਦਾ, ਪਰ ਮੈਨੂੰ ਦੁੱਖ ਨਾਲ ਇਹ ਕਹਿਣਾ ਪੈਂਦਾ ਵੀ ਇਸ ਬਜਟ ਦੇ ਵਿੱਚ ਜੋ ਉਹਨਾਂ ਨੇ ਪੇਸ਼ ਕੀਤਾ ਜੋ ਕੁਛ ਹੁਣ ਤੱਕ ਉਹ ਕਹਿੰਦੇ ਰਹੇ ਹੈ ਉਹ ਦੋਨਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ। ਹੁਣ ਤੱਕ ਉਹਨਾਂ ਨੇ ਪਹਿਲੇ ਬਜਟ ਤੋਂ ਲੈ ਕੇ ਹੁਣ ਤੱਕ ਉਹ ਕਹਿੰਦੇ ਰਹੇ ਹੈ ਵੀ ਜੋ ਫਿਸਕਲ ਡਿਸਿਪਲਿਨ ਹੈ ਉਹ ਮੈਂ ਪੰਜਾਬ ਦੀ ਆਰਥਿਕਤਾ ਵਿੱਚ ਖਾਸ ਤੌਰ 'ਤੇ ਸੂਬੇ ਦੇ ਫਾਈਨੈਂਸਿਸ ਨੇ ਉਹਨਾਂ ਦੇ ਵਿੱਚ ਲਿਆਉਣਾ ਚਾਹੁੰਦਾ ਅਤੇ ਉਹਨਾਂ ਨੇ ਕੁਛ ਟਾਰਗੇਟ ਵੀ ਸੈੱਟ ਕੀਤੇ ਸੀ ਵੀ ਅਗਲੇ 5 ਸਾਲਾਂ 'ਚ ਮੈਂ ਸੂਬੇ ਦੀ ਆਰਥਿਕਤਾ ਨੂੰ ਜਿਹੜਾ ਹੈ ਪਟੜੀ 'ਤੇ ਲਿਆਉਣ ਲਈ ਆਹ ਕਦਮ ਚੱਕਣੇ ਚਾਹਾਂਗਾ, ਉਹਨਾਂ ਦਾ ਵੀ ਮੈਂ ਵਰਣਨ ਕਰੂੰਗਾ ਅਤੇ ਜੋ ਸਾਡੀ ਆਰਥਿਕਤਾ ਹੈ ਸੂਬੇ ਦੀ ਉਹ ਕੋਈ ਕਹਿਣ ਨਾਲ ਜਾਂ ਐਲਾਨ ਕਰਨ ਨਾਲ ਨਹੀਂ ਬਲਕਿ ਕੁਛ ਅੰਕੜੇ ਹੁੰਦੇ ਹੈ, ਕੁਛ ਇੰਡੀਕੇਟਰਸ ਫਿਸਕਲ ਇੰਡੀਕੇਟਰਸ ਹੁੰਦੇ ਜਿਨ੍ਹਾਂ ਦੇ ਆਧਾਰ 'ਤੇ ਪਤਾ ਚੱਲਦਾ ਕਿ ਸੂਬੇ ਦੀ ਜਿਹੜੀ ਆਰਥਿਕ ਹਾਲਾਤ ਨੇ ਕਿੱਧਰ ਨੂੰ ਵੱਧ ਰਹੇ ਨੇ। ਮੈਂ ਉਹਨਾਂ ਨਾਲ ਸ਼ੁਰੂ ਕਰਾਂਗਾ। ਪਹਿਲੀ ਗੱਲ ਤਾਂ ਸਭ ਤੋਂ ਪਹਿਲਾਂ ਇੰਡੀਕੇਟਰ ਹੁੰਦਾ ਹੈ ਡੈਟ, ਜਿਹਨੂੰ ਆਪਾਂ ਕਰਜ਼ਾ ਕਹਿੰਦੇ ਹਾਂ, ਅਤੇ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਕਿ ਜਿਹੜਾ ਇਹ ਬਜਟ ਪੇਸ਼ ਕੀਤਾ ਹੈ ਉਹਦੇ 'ਚ ਸਰਕਾਰ ਦੇ ਖੁਦ ਮੰਨਣ ਅਨੁਸਾਰ ਕਰਜ਼ਾ ਜਿਹੜਾ ਅਗਲੇ ਸਾਲ ਦੇ ਅਖੀਰ ਤੱਕ 2,73,000 ਕਰੋੜ ਹੋ ਜਾਏਗਾ। ਹਾਲਾਂਕਿ ਇਹ ਸਰਕਾਰ ਦੇ ਅੰਕੜੇ ਨੇ, ਮੇਰਾ ਮੰਨਣਾ ਇਹ ਹੈ ਵੀ ਇਹ ਇਸ ਤੋਂ ਵਧੇਗਾ, ਇਸ ਤੋਂ ਘਟੇਗਾ ਨਹੀਂ। ਅਤੇ ਜਿਹੜਾ ਕੰਟਰੋਲਰ ਐਂਡ ਆਡੀਟਰ ਜਨਰਲ ਹੈ ਜਿਹੜਾ ਸਾਰਾ ਜੋ ਸਾਡੇ ਅਕਾਊਂਟਸ ਨੇ ਸੂਬੇ ਦੇ ਉਹਨਾਂ ਦਾ ਲੇਖਾ ਜੋਖਾ ਕਰਦਾ ਹੈ, ਉਹਨਾਂ ਦਾ ਮੰਨਣਾ ਹੈ ਕਿ ਇਹ 3,00,000 ਕਰੋੜ ਤੱਕ ਇਹ ਅਗਲੇ ਸਾਲ ਤੱਕ ਪੰਜਾਬ ਦਾ ਜਿਹੜਾ ਕਰਜ਼ਾ ਪਹੁੰਚੇਗਾ। ਅਤੇ ਉਸ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲਾ ਸਾਲ ਅਤੇ ਮੌਜੂਦਾ ਸਾਲ ਇਹ 2 ਸਾਲਾਂ ਦੇ ਵਿੱਚ ਪੰਜਾਬ ਸਰਕਾਰ 80,000 ਕਰੋੜ ਰੁਪਏ ਦਾ ਵਾਧੂ ਕਰਜ਼ਾ ਉਹ ਲੈ ਲਏਗੀ। ਇਹ ਮੈਂ ਨਹੀਂ ਕਹਿੰਦਾ, ਮੈਂ ਇਹਨਾਂ ਦੇ ਅੰਕੜੇ ਹੈਗਾ, ਆਹ ਬਜਟ ਦੀ ਸਪੀਚ ਮੇਰੇ ਸਾਹਮਣੇ ਹੈ। ਇਹ ਬਜਟ ਦੇ ਅਖੀਰ ਦੇ ਵਿੱਚ ਉਹਨਾਂ ਨੇ ਬਜਟ ਐਟ ਅ ਗਲਾਂਸ ਜਿਹੜਾ ਉਹਨਾਂ ਨੇ ਦਿੱਤਾ ਹੈ ਉਹ 'ਚ ਸਾਫ਼ ਹੈ ਨੰਬਰ 7 'ਤੇ ਪਬਲਿਕ ਡੈਟ, ਜਿਹਦਾ ਮਤਲਬ ਹੁੰਦਾ ਵੀ ਜਿਹੜਾ ਸੂਬੇ ਦੇ ਸਿਰ ਕਰਜ਼ਾ ਹੈ। ਸੋ ਇਹ 'ਚ ਸਰਕਾਰ ਨੇ ਖੁਦ ਮੰਨਿਆ ਵੀ ਪਿਛਲੇ ਸਾਲ ਇਹਨਾਂ ਨੇ 44,167 ਕਰੋੜ ਰੁਪਏ ਦਾ ਕਰਜ਼ਾ ਲਿਆ ਅਤੇ ਇਸ ਸਾਲ 37,336 ਕਰੋੜ ਰੁਪਏ ਦਾ ਕਰਜ਼ਾ। ਆਹ ਦੋ ਜਿਹੜੇ ਮੈਂ ਲਾਈਨ ਲਾਈ ਉੱਥੇ ਇਹ ਸਾਫ਼ ਤੁਸੀਂ ਪੜ੍ਹ ਸਕਦੇ ਹੋ। ਇਹ ਸਰਕਾਰ ਦੀ ਬਜਟ ਸਪੀਚ ਹੈ, ਇਹਦੇ ਵਿੱਚ ਇਹਨਾਂ ਨੇ ਮੰਨਿਆ ਕਿ 80,000 ਕਰੋੜ ਰੁਪਏ ਦਾ ਅਸੀਂ ਕਰਜ਼ਾ 2 ਸਾਲਾਂ 'ਚ ਸਾਡੀ ਲੈਣ ਲੈ ਲੈਣਾ ਅਸੀਂ ਅਤੇ ਇਸ ਤੋਂ ਵੀ ਇਹ ਵਧੇਗਾ। ਸੋ ਤੁਸੀਂ ਖੁਦ ਦੇਖੋ ਵੀ ਜਿਹੜੀ ਸਰਕਾਰ 2 ਸਾਲਾਂ 'ਚ 80,000 ਕਰੋੜ ਦਾ ਕਰਜ਼ਾ ਲੈ ਰਹੀ ਹੈ ਉਹ ਪੰਜਾਬ ਨੂੰ ਕਿੱਥੇ ਲੈ ਕੇ ਜਾ ਰਹੀ ਹੈ। ਦੂਜਾ ਅੰਕੜਾ ਹੁੰਦਾ ਹੈਗਾ ਡੈਟ ਟੂ GSDP, ਕਰਜ਼ਾ ਨੂੰ ਅਸੀਂ ਜੋੜ ਕੇ ਦੇਖਦੇ ਹਾਂ ਸੂਬੇ ਦੇ ਕੁੱਲ ਘਰੇਲੂ ਉਤਪਾਦ ਦੇ ਨਾਲ। ਜਿਵੇਂ ਜਿਵੇਂ ਘਰੇਲੂ ਉਤਪਾਦ ਵੱਧਦਾ ਹੈ ਉਵੇਂ ਉਵੇਂ ਸੂਬਿਆਂ ਦੀ ਜਿਹੜੀ ਕਰਜ਼ਾ ਲੈਣ ਦੀ ਸਮਰੱਥਾ ਉਹ ਵੀ ਵੱਧਦੀ ਹੈ ਅਤੇ ਉਹ ਇਸ ਸਾਲ 45% ਹੋਣ ਦਾ ਜਿਹੜਾ ਸਾਨੂੰ ਸ਼ੰਕਾ ਹੈ, ਜਿਹੜਾ ਪਿਛਲੇ ਲੰਬੇ ਸਮੇਂ ਤੋਂ ਘੱਟ ਰਿਹਾ ਸੀ ਅਤੇ ਪਿਛਲੇ 20 ਸਾਲਾਂ 'ਚ ਇੱਕ ਵਾਰੀ ਵੀ 45% 'ਤੇ ਨਹੀਂ ਪਹੁੰਚਿਆ। ਜਿਹੜਾ ਹੁਣ ਇਸ ਸਾਲ ਜਿਹੜਾ ਹੈ ਇਹ 45%, ਇਹ ਖੁਦ ਇਹਨਾਂ ਦੇ ਜਿਹੜੀ ਡਾਕੂਮੈਂਟ ਕਹਿੰਦਾ ਵੀ ਜਿਹੜਾ ਡੈਟ ਟੂ GSDP ਉਹ 45% ਹੋ ਜਾਏਗਾ, ਜਿਹੜਾ ਉਦੋਂ ਵੀ ਚਿੰਤਾ ਦੀ ਗੱਲ ਹੈ। ਇੱਕ ਹੁੰਦਾ ਹੈਗਾ ਜਿਹੜਾ ਵਿੱਤੀ ਘਾਟਾ, ਉਹ 2 ਤਰ੍ਹਾਂ ਦੇ ਵਿੱਤੀ ਘਾਟੇ ਹੁੰਦੇ, ਇੱਕ ਰੈਵਨਿਊ ਡੈਫੀਸਿਟ, ਇੱਕ ਹੁੰਦਾ ਫਿਸਕਲ ਡੈਫੀਸਿਟ। ਫਿਸਕਲ ਡੈਫੀਸਿਟ ਤਾਂ ਮਤਲਬ ਹੁੰਦਾ ਵੀ ਜਿਹੜਾ ਕੁੱਲ ਕਰਜ਼ਾ, ਅਤੇ ਰੈਵਨਿਊ ਡੈਫੀਸਿਟ ਇੱਕ ਐਸਾ ਅੰਕੜਾ ਹੈ ਜਿਹੜਾ ਇਹ ਦਰਸਾਉਂਦਾ ਵੀ ਸਾਡੀ ਜੋ ਪੈਸਾ ਜਿਹੜਾ ਸਾਡੀ ਇਨਕਮ ਹੈ ਉਹਨੂੰ ਕਿੰਨੀ ਵਧੀਆ ਢੰਗ ਨਾਲ ਵਰਤਿਆ ਜਾ ਰਿਹਾ। ਜੇ ਸਾਡਾ ਰੈਵਨਿਊ ਡੈਫੀਸਿਟ ਘੱਟ ਹੈ ਜਿਹੜੇ ਸੂਬੇ ਦਾ
उसका मतलब यह है भी वह पैसे की वरतों वधिया ढंग नाल कर रहे हैं ते वध तो वध पैसा कैपीटल एक्सपेंडिचर ते मतलब एसेट्स क्रिएशन दे जिहड़ा पैसा वरत्या जा रहा है ते इन्होंने खुद जो साडे वित्त मंत्री ने इन्होंने आपदे पहले बजट सैशन च कहा सी कि मेरा टीचा है कि मैं आखिरी बजट जिहड़ा है वो रेवन्यू डेफिसिट यानी कि वित्तीय घाटा मैं 0% करना चाहना मतलब निल करना चाहना गा जिहड़ा बड़ा वड्डा टारगेट सी पर सानू फिर भी सी भी जे उन्होंने एड्डी गल कही है हो सकता है वो इधर नू लै जाण पर मैनू दुख नाल कहना पैंदा है कि जिहड़े डेफिसिट है वो भी घटन की बजाए पिछले 5 सालों च लगातार वध रहा है। ये खुद जिहड़े सूबे दे आपदे अंकड़े ने यह दसाउंदे ने कि जिहड़ा डेफिसिट किन्ना वधे है। आ देखो तुसी ये लाल जिहड़ा निशान है ये रेवन्यू डेफिसिट है उत्ते फिस्कल डेफिसिट है। जे रेवन्यू डेफिसिट की गल करिए 2016-17 च 1.71% सी जिहड़ा फिर 2017 च घटन की बजाय वध के 1.98 हो गया फिर 2018 च फिर घटन की बजाय 2.52 हो गया होर वध गया ते 2019-20 च ये तकरीबन बराबर की रह गया 2.49 फी जिहड़ा फीसदी रह गया ते 2020-21 च यह वध के 3.42% हो गया। सो लगातार जिहड़ा है ये फिस्कल डेफिसिट तुसी देख रेवन्यू डेफिसिट पंजाब सरकार का वध रहा है उसका मतलब की है कि पंजाब सरकार जिहड़ी है जिथे पैसा उन्हों लाउणा चाहीदा है कैपीटल क्रिएशन ते उत्थे पैसा नहीं ला रही ते पंजाब का पैसा जिहड़ी उहदी वरतों ठीक ढंग नाल नहीं हो रही ते वध भी जिहड़ा है रेवन्यू डेफिसिट रहा है। इस तरह जो फिस्कल डेफिसिट है वह भी तुसी देखोगे तकरीबन 3 पॉइंट पहला लगातार 3% चल रहा है हुण इन्हां दा 3.8 4.8 ते 4% ये लगातार एक कर्जा भी जिहड़ा है जिहड़ी लैण दी इन्हां दी स्पीड है वह मौजूदा सरकार दी दिन पर दिन वध रही। सो यह एक पासे कहना कि असीं पंजाब नूं आर्थिक पटड़ी ते लियाउणा चाहुंदे हां ते दूजे पासे उहनूं लीहों लाउण दी जो कम हो रहे ने इहदी जिन्नी भी असीं निंदा करिए उन्नी घट है। कर्जा तो इन्होंने चलो साढ़े चिर चाढ़ता इन्होंने आर्थिक हालात भी जिहड़े ने वह माड़े करते जिहड़ी विकास दर है सूबे की वह भी घट गई हुण तुसीं विकास दर दे जिहड़े अंकड़े ने वह भी मैं तुहानूं ये दिखाउणा चाहुंदा लगातार पिछले जिहड़ा है 5 सालों तो 16-17 च 6.8 7 तो घट के इन्हां दे पहले साल च 6.38 हो गई अगले साल 5.78 हो गई फिर 3.98 हो गई तो पिछले साल तो नैगेटिव चली गई। चलो करोना का इफेक्ट आ गया उन्हूं फिर भी असीं कह सकते हैं भी नैगेटिव किसी कारण करके गई है पर जिहड़ी पहला जिहड़ी लगातार 4 साल एक घटी है उहदा इन्हां कोल कोई जवाब नहीं। ग्रोथ रेट की है भी सूबा दी जिहड़ा किस तेज़ी नाल रफ्तार नाल विकास कर रहा है विकास दर उस चीज़ नूं जिहड़ा दर्शाउंदी है जिहदे विच साडा खेतीबाड़ी सैक्टर जिहदे विच साडा सर्विस सैक्टर इंडस्ट्री ते होर जिहड़े सारे माइनिंग होर सारियां चीज़ां नूं जे असीं ऐड अप करदे हां तां सूबे दी जिहड़ी विकास दर है उह तय हुंदी है उहदे विच भी लगातार इह गिरावट आई है। ते इह कोई जिहड़े मैं अंकड़े दे रिहा है मेरे अंकड़े नहीं है ये सारे जिहड़े डॉक्यूमेंट्स ने यह पंजाब सरकार के डॉक्यूमेंट ने जिहड़े इन्होंने बजट दिते ने ते इहदा सिर्फ इक्को ही है कि क्योंकि सूबे कोल साधन नहीं सूबा साधनों की सही वरतों नहीं कर रहा जिहदे करके कर्जा लै रहे ने अते जिहड़ियां ऐलान जिहड़े कीते ने वो सरकार पूरे नहीं कर सक रही ते हुण तुसी एक बड़ी वड्डी है भी सूबे की आमदन ये की करते ने ऐलान आपां कहने जी बड़े ऐलान करते ऐलान किवें करते ने क्योंकि पैसा तो है नहीं हुण उह की करते ने आपदा हर साल आपकी जिहड़ी आमदन है उहनूं वधा के दिखा दिंदे ने जे आमदन होनी 100 रुपया उहनूं 125 रुपया दिखा देणगे ते उहदे नाल इह दिखाउणगे वी असीं आह ऐलान करने हैं ते बजट बना के पेश कर दिंदे हैं। तुसीं हैरान होवोगे भी पिछले साल इन्हां ने बजट च 88,000 करोड़ रुपये का जिहड़ा है रेवन्यू जिहड़ियां रसीट्स दिखाईआं सी ते होईआं किन्नीआं असल च 72,000 करोड़ रुपया ते
ਇਹ ਤਕਰੀਬਨ 16,000 ਕਰੋੜ ਰੁਪਏ ਦਾ ਸ਼ਾਰਟਫਾਲ ਹੈ। ਇਸੇ ਤਰ੍ਹਾਂ ਇਕੱਲੇ ਪਿਛਲੇ ਨਹੀਂ, ਉਸ ਤੋਂ ਪਿਛਲੇ ਬਜਟ 'ਚ ਵੀ 10,000 ਕਰੋੜ ਰੁਪਏ ਤੋਂ ਉੱਤੇ ਦਾ ਜਿਹੜਾ ਫਰਕ ਹਰ ਸਾਲ ਆਉਂਦਾ ਹੈ, ਅਤੇ ਉਹੀ 10,000 ਕਰੋੜ ਦਾ ਨਤੀਜਾ ਕੀ ਹੁੰਦਾ ਹੈ ਵੀ ਸਰਕਾਰ ਨੇ ਜਿਹੜੇ ਐਲਾਨ ਕੀਤੇ ਨੇ ਉਹ ਧਰੇ ਦੇ ਧਰੇ ਰਹਿ ਜਾਂਦੇ ਨੇ, ਅਤੇ ਸਰਕਾਰ ਆਪਦੀਆਂ ਜਿਹੜੀਆਂ ਖਰਚੇ ਜਿਹੜੇ ਫਿਕਸ ਨੇ ਜਿਵੇਂ ਤਨਖਾਹਾਂ ਦੇਣੀਆਂ, ਪੈਨਸ਼ਨਾਂ ਦੇਣੀਆਂ, ਸਬਸਿਡੀ ਬਿਜਲੀ ਦੀ ਦੇਣੀ ਹੈ, ਅਤੇ ਕਰਜ਼ੇ ਮੋੜਨੇ ਨੇ, ਵਿਆਜ ਮੋੜਨਾ, ਉਹ 'ਤੇ ਰਹਿ ਜਾਂਦੀ ਹੈ। ਤੁਸੀਂ ਹੈਰਾਨ ਹੋਵੋਗੇ ਵੀ ਇੱਕ ਸਾਲ ਦੇ ਵਿੱਚ ਅਗਲਾ ਸਾਲ ਜਿਹੜਾ ਹੈ ਕੁੱਲ ਜਿਹੜਾ ਸਾਡਾ ਕਰਜ਼ਾ ਹੈ ਉਹਦੇ ਉੱਤੇ 20,000 ਕਰੋੜ ਰੁਪਏ ਦਾ ਵਿਆਜ ਜਿਹੜਾ ਹੈ ਪੰਜਾਬ ਸਰਕਾਰ ਮੋੜੇਗੀ, 20,000 ਕਰੋੜ ਰੁਪਏ ਦਾ। ਅਤੇ ਹੁਣ ਤੱਕ 1,00,000 ਕਰੋੜ ਰੁਪਏ ਤੋਂ ਉੱਤੇ ਕਰਜ਼ਾ ਪਿਛਲੇ 4 ਸਾਲਾਂ 'ਚ ਚਾੜ ਚੁੱਕੀ ਹੈ, ਅਤੇ ਅਗਲੇ ਸਾਲ ਜਿਹੜਾ ਆਉਣ ਵਾਲਾ ਉਹਦੇ 'ਚ ਹੋਰ ਕਰਜ਼ਾ ਇਹ ਚੜ੍ਹਨ ਨੂੰ ਤਿਆਰ ਨੇ, ਅਤੇ ਹੁਣ ਵੀ ਇਸ ਸਾਲ ਵੀ ਇਹੀ ਕੀਤਾ। ਹੁਣ ਤੁਸੀਂ ਕਹੋਗੇ ਵੀ ਇੰਨੇ ਐਲਾਨ ਕਰਤੇ ਕਿ ਜੀ ਅਸੀਂ ਬੱਚੇ ਬੀਬੀਆਂ ਨੂੰ ਵੀ ਮੁਫਤ ਜਿਹੜਾ ਹੈ ਅਸੀਂ ਸਫ਼ਰ ਕਰਾਵਾਂਗੇ, ਸ਼ਗਨ ਸਕੀਮਾਂ ਵੀ ਦੇਵਾਂਗੇ, ਪੈਨਸ਼ਨਾਂ ਦੇ ਵੀ ਵਧਾ ਦਾਂਗੇ, ਅਤੇ ਨਵੇਂ ਨਵੇਂ ਜਿਹੜੇ ਐਲਾਨ ਇਹਨਾਂ ਨੇ ਸਾਰੇ ਜਿਹੜੇ ਕੀਤੇ ਹੈ ਉਹ ਆਪਦਾ ਆਮਦਨ ਵਧਾ ਕੇ, ਹੁਣ ਤਾਂ ਇਹਨਾਂ ਨੇ ਦਿਖਾਇਆ ਵੀ ਸਾਡੀ 72,000 ਕਰੋੜ ਤੋਂ ਅਸੀਂ ਆਮਦਨ ਨੂੰ ਵਧਾ ਕੇ 95,000 ਕਰੋੜ ਲੈ ਜਾਣਗੇ। ਹੁਣ ਮੈਂ ਇਹ ਪੁੱਛਣਾ ਚਾਹੁੰਦਾ ਵੀ ਕਿਹੜੀ ਇਹਨਾਂ ਕੋਲ ਜਾਦੂ ਦੀ ਛੜੀ ਹੈ ਜਿਹਦੇ ਨਾਲ ਇਹ ਆਪਦੀ ਆਮਦਨ ਨੂੰ ਪੰਜਾਬ ਸਰਕਾਰ 27-28% ਵਧਾ ਲਏਗੀ। ਟੈਕਸ ਕੋਈ ਨਵਾਂ ਲਾਇਆ ਨਹੀਂ, ਅਤੇ ਹੋਰ ਜਿਹੜੇ ਸਾਧਨ ਨੇ ਉਹ ਘੱਟਦੇ ਜਾ ਰਹੇ ਨੇ, ਅਤੇ ਸਾਡਾ ਵਿਆਜ ਜਿਹੜੀ ਹੈ ਉਹਦਾ ਬੋਝ ਵੱਧਦਾ ਜਾ ਰਿਹਾ, ਅਤੇ ਫਿਰ ਇਹ ਆਮਦਨ ਨੂੰ ਇੰਨਾ ਜਿਹੜਾ ਹੈਗਾ ਤਕਰੀਬਨ 23,000 ਕਰੋੜ ਰੁਪਈਆ ਜਿਹੜਾ 28-29% ਬਣਦਾ ਹੈ ਉਹ ਕਿੱਥੋਂ ਲੈ ਕੇ ਆਉਣਗੇ। ਸਿਰਫ ਇੱਕ ਲਿਪਾ ਪੋਚੀ ਇਹਨਾਂ ਨੇ ਕੀਤੀ ਹੈ ਵੀ ਇੱਕ ਵਾਰੀ ਲੋਕਾਂ ਨੂੰ ਆਸ ਬਣ ਜੇ ਅਤੇ ਲੋਕ ਫਿਰ ਸਾਡੇ ਵੱਲ ਪੂਰਾ ਸਾਲ ਝੱਕ ਜਾਣ, ਅਤੇ ਅਸੀਂ ਜੇ ਕੁਛ ਕਰਨਾ ਹੋਊਗਾ ਨੇੜੇ 1-2 ਮਹੀਨੇ ਜਾ ਕੇ ਕਰ ਦਈਏ। ਸੋ ਇਹਨਾਂ ਦੀ ਮਨਸ਼ਾ ਰਹੀ ਹੈ, ਅਤੇ ਮੈਂ ਅੱਜ ਬਜਟ 'ਤੇ ਬੋਲਿਆ ਵੀ ਹੈ, ਮੈਂ ਸਰਕਾਰ ਨੂੰ ਸੁਝਾਅ ਵੀ ਦਿੱਤੇ ਨੇ। ਖਾਸ ਤੌਰ 'ਤੇ 2 ਸੈਕਟਰ ਜਿਨ੍ਹਾਂ ਬਾਰੇ ਮੈਂ ਵਿਸ਼ੇਸ਼ ਤੌਰ 'ਤੇ ਕਿਹਾ ਵੀ ਖੇਤੀਬਾੜੀ ਦੇ ਕਰਜ਼ੇ ਮਾਫ਼ ਕਰਨ ਦਾ ਤੁਹਾਡਾ ਐਲਾਨ ਸੀ ਉਹ ਪੂਰਾ ਕਰੋ, ਘਰ ਘਰ ਨੌਕਰੀ ਦੀ ਤੁਸੀਂ ਗੱਲ ਕੀਤੀ ਸੀ ਉਹ ਪੂਰੀ ਕਰੋ, ਉਹਦਾ ਇਹਦੇ ਵਿੱਚ ਗੱਲ ਹੀ ਕੋਈ ਨਹੀਂ, ਨਾ ਘਰ ਘਰ ਨੌਕਰੀ ਦੀ ਗੱਲ ਕੀਤੀ ਹੈ ਬਜਟ 'ਚ, ਅਤੇ ਨਾ ਹੀ ਇਹਨਾਂ ਨੇ ਕਰਜ਼ਾ ਮਾਫ਼ੀ ਦੀ। ਕਰਜ਼ਾ ਮਾਫ਼ੀ ਵਾਸਤੇ ਕੁੱਲ 1700 ਕਰੋੜ ਰੁਪਇਆ ਰੱਖਿਆ, ਉਹ ਵੀ ਇੱਕ ਆਈ ਵਾਸ਼ ਉਹ ਵੀ ਇਹਨਾਂ ਨੇ ਦੇਣਾ ਨਹੀਂ, ਸਿਰਫ ਇੱਕ ਪ੍ਰੋਵੀਜ਼ਨ ਰੱਖਤੀ ਕਹਿਣ ਨੂੰ ਵੀ ਅਸੀਂ ਜੀ ਕਰਜ਼ਾ ਮਾਫ਼ੀ ਵਾਸਤੇ ਪੈਸੇ ਰੱਖੇ। ਅਤੇ ਇੱਕ ਹੋਰ ਜਿਹੜੀ ਗੱਲ ਹੈ ਵੀ ਮੈਂ ਜਿਹੜਾ ਸੁਝਾਅ ਦਿੱਤਾ ਵੀ ਸਾਡੇ 2 ਫੀਲਡ, ਇੱਕ ਤਾਂ ਉੱਚ ਸਿੱਖਿਆ, ਉਹਦਾ ਬਹੁਤ ਬੁਰਾ ਹਾਲ ਹੈ, ਉਹਦੇ ਵਾਸਤੇ ਸਰਕਾਰ ਨੂੰ ਜਿਹੜੀ ਹੈ ਪੈਸੇ ਹੋਰ ਖਰਚਣੇ ਚਾਹੀਦੇ ਨੇ। ਸਾਡਾ ਜਿਹੜਾ ਉੱਚ ਸਿੱਖਿਆ ਦਾ ਹਾਲਤ ਹੈ ਉਹ ਬਹੁਤ ਮਾੜਾ ਹੋ ਗਿਆ, ਅਤੇ ਉਹ ਜਿਹੜਾ ਹਾਲਤ ਨੂੰ ਸੁਧਾਰਨ ਲਈ ਚਾਹੇ ਸਾਡੇ ਯੂਨੀਵਰਸਿਟੀ ਕਾਲਜਿਸ ਨੇ, ਚਾਹੇ ਸਾਡੀਆਂ ਯੂਨੀਵਰਸਿਟੀਜ਼ ਨੇ, ਚਾਹੇ ਸਾਡੇ ਸਰਕਾਰੀ ਕਾਲਜ ਨੇ, ਉਹ ਸਾਰਿਆਂ ਦੇ ਸਾਰਿਆਂ ਨੂੰ ਹੀ ਸਾਨੂੰ ਫੰਡਿੰਗ ਵਧਾਉਣੀ ਪਏਗੀ। ਆ ਸਾਡੇ ਤਕਰੀਬਨ ਮੈਜੋਰਿਟੀ ਜਿਹੜੇ ਲੈਕਚਰਾਰ ਨੇ, ਪ੍ਰੋਫੈਸਰ ਨੇ, ਉਹ ਜਾਂ ਐਡਹੋਕ 'ਤੇ ਕੰਮ ਕਰ ਰਹੇ ਨੇ, ਜਾਂ ਕੰਟਰੈਕਟ 'ਤੇ ਕੰਮ ਕਰ ਰਹੇ ਨੇ ਕਾਲਜਾਂ ਦੇ ਵਿੱਚ, ਜਾਂ ਪਾਰਟ ਟਾਈਮ ਲੈਕਚਰਾਰ ਨੇ, ਜਾਂ ਉਹ ਗੈਸਟ ਫੈਕਲਟੀ ਹੈ, ਅਤੇ ਉਹਨਾਂ ਵਿਚਾਰਿਆਂ ਤੋਂ ਕੀ ਅਸੀਂ ਆਸ ਰੱਖ ਸਕਦੇ ਹਾਂ ਜਿਹਨੂੰ 10 ਤੋਂ ਲੈ ਕੇ 25,000 ਰੁਪਈਆ ਤਨਖਾਹ ਦੇਣੀ ਹੈ, ਉਹ ਲੈਕਚਰਾਰ ਕੀ ਕੰਮ ਜਾਂ ਪ੍ਰੋਫੈਸਰ ਕੀ ਕੰਮ ਕਰੇਗਾ। ਸਾਡੇ ਸਕੂਲ ਦੇ ਟੀਚਰ ਤਾਂ ਲੈ ਰਹੇ ਨੇ 70-70, 50-70 ਹਜ਼ਾਰ ਰੁਪਈਆ, ਅਤੇ ਜਿਹੜੇ ਸਾਡੇ ਕਾਲਜਾਂ ਦੇ ਪ੍ਰੋਫੈਸਰ ਨੇ ਉਹਨਾਂ ਨੂੰ 25-25 ਹਜ਼ਾਰ ਰੁਪਈਆ ਮਿਲ ਰਿਹਾ। ਸੋ ਇਹਦੇ ਵਾਸਤੇ ਮੈਂ ਕੋਈ ਇਹ ਚਾਹੁੰਦਾ ਵੀ ਖਾਸ ਤੌਰ 'ਤੇ ਜਿਹੜੇ ਸਾਡੇ ਐਜੂਕੇਸ਼ਨਿਸਟ ਨੇ ਜਿਨ੍ਹਾਂ ਨੇ ਪੜ੍ਹਾਉਣਾ ਹੈ, ਜੇ ਅਸੀਂ ਉਹਨਾਂ ਨੂੰ ਪੂਰੀ ਤਨਖਾਹ ਨਹੀਂ ਦੇਵਾਂਗੇ ਤਾਂ ਫਿਰ ਅਸੀਂ ਚੰਗੀ ਆਊਟਪੁੱਟ ਨਹੀਂ ਰੱਖ ਸਕਦੇ। ਜੇ ਐਜੂਕੇਸ਼ਨ ਸਿਸਟਮ ਸਾਡਾ ਸੁਧਰੂਗਾ ਤਾਂ ਹੀ ਪੰਜਾਬ ਦੇ ਵਿੱਚ ਸੁਧਾਰ ਹੋਊਗਾ। ਅਤੇ ਮੈਂ ਇੰਨਾ ਜ਼ਰੂਰ ਕਹਿ ਸਕਦਾ ਵੀ ਜਦ ਮੇਰੇ ਕੋਲ ਸੀ ਫਾਈਨੈਂਸ ਮਹਿਕਮਾ, ਜਿਹੜੇ ਚਾਹੇ ਕਾਲਜਾਂ ਦੇ ਗੈਸਟ ਫੈਕਲਟੀ ਲੈਕਚਰਾਰ ਨੇ, ਚਾਹੇ ਜਿਹੜੇ ਪਾਰਟ ਟਾਈਮ ਨੇ, ਉਹਨਾਂ ਤੋਂ ਤੁਸੀਂ ਖੁਦ ਪੁੱਛ ਸਕਦੇ ਹੋ ਕਿ ਅਸੀਂ ਉਹਨਾਂ ਦੀ ਤਨਖਾਹ ਡਬਲ ਕਰਤੀ ਸੀ, ਅਤੇ ਨਾਲੇ ਉਹਨਾਂ ਨੂੰ ਜਿਹੜਾ 2-3 ਮਹੀਨੇ ਕੰਮ ਨਹੀਂ ਸੀ ਕਰਦੇ ਉਹਦੀ ਵੀ ਤਨਖਾਹ ਪਹਿਲਾਂ ਨਹੀਂ ਸੀ ਮਿਲਦੀ, ਉਹ ਅਸੀਂ ਦੇਣੀ ਸ਼ੁਰੂ ਕੀਤੀ, ਅਤੇ ਉਹਨਾਂ ਨੂੰ ਜਿਹੜਾ ਹੈ ਹਰ ਸਾਲ 10% ਇੰਕਰੀਮੈਂਟ ਵੀ ਉਹਦੀ ਤਨਖਾਹ 'ਚ 10% ਵਾਧਾ ਹੋਏਗਾ ਉਹ ਵੀ ਅਸੀਂ ਐਡ ਕੀਤਾ ਸੀ। ਪਰ ਮੌਜੂਦਾ ਸਰਕਾਰ, ਹੁਣ ਪੰਜਾਬੀ ਯੂਨੀਵਰਸਿਟੀ ਤੁਸੀਂ ਦੇਖ ਲਓ, ਇੱਕ ਸਾਡਾ ਪ੍ਰੀਮੀਅਰ ਇੰਸਟੀਟਿਊਟ ਹੈ ਉਹਦਾ ਬੁਰਾ ਹਾਲ ਹੋ ਗਿਆ, ਉਹਦੇ ਵਾਸਤੇ ਇਹਨਾਂ ਕੋਲ ਪੈਸਾ ਕੁਛ ਨਹੀਂ। ਅਸੀਂ ਯੂਨੀਵਰਸਿਟੀਜ਼ ਦੀ ਜਿਹੜੀ ਬਜਟ ਐਲੋਕੇਸ਼ਨ ਸੀ ਉਹ ਸਾਰਿਆਂ ਦੀ ਜਿਹੜੀ 5 ਸਾਲਾਂ ਵਿੱਚ ਦੁੱਗਣੀ ਕੀਤੀ, ਅਤੇ ਇਸ ਤੋਂ ਇਲਾਵਾ ਸਪੈਸ਼ਲ ਗ੍ਰਾਂਟਸ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਸਪੈਸ਼ਲ ਗ੍ਰਾਂਟਸ ਵੀ ਦਿੱਤੀਆਂ, ਤਕਰੀਬਨ
30-30 करोड़ रुपये की स्पैशल ग्रांट जी है असी दो बारी पंजाबी यूनिवर्सिटी में दी उन्हां दी एलोकेशन बढ़ाने तो अलावा ताकि ये जिहड़ियां यूनिवर्सिटीज़ ने ये चल सकन ते पंजाब नूं एक वधिया शिक्षित सूबा बना सकन। इस तरह हैल्थ सर्विसेज दे विच जो जिन्ना पैसा लगना चाहिए वो साडा नहीं है ते बाकी सूबयां दे मुकाबले जो साडी घरेलू उत्पाद है वो मुताबिक जो असी औसत देखिए देश दे विचों सब तो घट खर्चा जिहड़ा है साडियां सेहत सेवावां दे विच पंजाब सरकार कर रही है। सो ये दो तीन चीज़ां बहुत जरूरी ने पंजाब दे चंगे भविख वास्ते। तो तीजा मैं सलाह जिहड़ी है वह ये दित्ती है भी इन्होंने कहता भी असी सिक्स्थ पे कमीशन लागू करनी है शायद मुलाजमान नूं भी बड़ी आस हो गई होवे भी ये लागू हो रहा है पर उहदे वास्ते कोई प्रोविजन नहीं रखी इन्होंने क्योंकि जे तनखाह वधूगी तो फिर सरकार नूं भी उहदा पैसे का प्रबंध करना पैणा पर सरकार ने कोई पैसे का प्रबंध नहीं किया इसलिए मुलाजमान नूं भी बहुत वड्डी जिहड़ी है आस नहीं रखनी चाहिए। देखो तुसीं मेरे कोल इन्होंने तकरीबन पिछले साल 26,000 करोड़ रुपया जिहड़ियां तनखाहां ते अते जिहड़ियां होर भत्ते ने उन्हां उत्ते पंजाब सरकार ने 26,000 करोड़ रुपया मुलाजमान दी तनखाह लई रख्या सी ते इस साल किन्ना रख्या है इस साल सिर्फ 1,200 करोड़ रुपया वध रख्या हुण 27,000 कुछ करता ते उहदे नाल ये पे कमीशन लागू नहीं होना पे कमीशन लागू करने वास्ते घट्टो घट 6-7,000 करोड़ रुपया सरकार नूं वध चाहिदा है। जिवें इन्होंने कहा भी पिछले भी जिहड़ियां ने डीए दीआं किश्तां उह असीं देवांगे ते असीं पे कमीशन लागू करांगे उहदे वास्ते जे तुसीं प्रोविजन ही नहीं रख्या ते फिर तुसीं कित्थों पूरियां करोगे ते इह वी जिहड़ा है सरकार दा इक बहुत वड्डा जिहड़ा है धोखा है पंजाब दे मुलाजमां नाल। आह देख लो ये इन्हों के बजट डॉक्यूमेंट के 12वें नंबर पर लिखे सैलरीज एंड वेजिस पिछले साल 26,363 करोड़ रुपये इन्होंने खर्चे जोड़ा असल खर्चा होया तो इस साल इन्होंने 27,714 करोड़ रुपया रखे तो हूँ तुम दसो ये कि थोड़ी तनखा कमीशन जोड़ा है लागू होना है वह भी बस इस करके कहता भी असी एक बार समा टपाइए तो मुलाजम घट्टो घट धरने साढ़े ना दे ते उन्हां नूं बुद्धू बनाउण दी गल है। ते एक ओवरऑल देखो सरकार दी असी विरोध करना उन्हां दी पॉलिसी दी नुक्ताचीनी करनी अते उन्हां दी खामियां कढ़नियां ये ऑपोजिशन दा रोल हुंदा है ते एक सही पिक्चर भी जिहड़ी है प्रजेंट करनी ये भी बड़ी जरूरी है। पर मैं नाल जिवें पहलां कुछ सलाहां दित्तियां मैं तुहानूं कहा भी कुछ दो तीन सैक्टर दे विच वध खर्चा सरकार नूं करना चाहीदा है खेतीबाड़ी दे नाल नाल उहदे नाल नाल जिहड़ियां जिथे साडी वड्डी प्रॉब्लम आ रही है जिहदे च मैं कहूँगा भी शायद फाइनैंस मिनिस्टर जिहड़ा वित्त मंत्री उहदे हत्थ बन्ने हुए हुंदे है कि जिथों साडा पैसा आउणा है उह फाइनैंस मिनिस्टर दा उस च कोई रोल नहीं उह दूजे महकमे ने उहनां दा कंट्रोल किते होर है ते जो भी टारगेट हुंदे ने उह ठीक नहीं पूरे हुंदे ते ना ही उह पॉलिसीज़ ने उह सही ढंग नाल बणदियां ने जिहड़ियां पॉलिसीज़ चाहे साडी पैसे जनरेट करन दीआं तुसीं देखो माइनिंग पॉलिसी खनज दी फिर साडी एक्साइज पॉलिसी शराब दी जिहड़ी है ट्रांसपोर्ट पॉलिसी अर्बन डिवेलपमेंट पॉलिसी ते जिहड़ी साडी दूसरियां वैट ते दूजियां पॉलिसीज़ ने टैक्सेशन पॉलिसीज़ जे सारे वल निगाह मार के देखिए तां इहनां दा निशाना सूबे दे हितां वास्ते पैसे इकट्ठे करना नहीं इहनां दा निशाना सिर्फ एक बन चुक्या है चाहे पिछली सरकार सी चाहे हुण वाली सरकार है कि किवें कुछ लोग जिहड़े वड्डे व्यापारी ने या जिहड़े इन्हां कारोबार इन्हां चीज़ां नाल संबंधित है उन्हां दा फायदा किवें करना है। माइनिंग पॉलिसी हमेशा ही जिहड़ा है उहदे ते चर्चा हुंदी रही है पंजाब नूं किन्ना पैसा आ सकदा है ये भी एक बड़ा वड्डा सवालिया निशान है पर हरियाणे वर्गा सूबा जिहड़ा है वह इहदे तों घट्टो घट 1,000 तों 2,000 करोड़ रुपया जिहड़ा माइनिंग चो कमा रहा है तो पंजाब नूं 200 करोड़ रुपया जिहड़ा आ रहा है तो पिछले समय तो होर भी घट सी पर यह हुण भी जिहड़ा जिन्ना होना चाहिए नहीं है क्यों क्योंकि जिहड़े लोग इहदे जुड़े हुए ने उहनां दे सिद्धे सरकार हत्थ ने वह प्रभावित करते हैं। एक्साइज पॉलिसी पिछले साल नालों कुछ सुधार आया है इस बारी एक्साइज की आमदन भी वधी है चोरी भी घटी है पर फिर भी एक्साइज जिहड़ी है वह होर उहदे चों
पैसा किया जा सकता है। ट्रांसपोर्ट पॉलिसी, ट्रांसपोर्ट पॉलिसी तो कुछ जिहड़ा पिछली सरकार च एक परिवार को फायदा देने वास्ते बनाई गई सी, उही परिवार सत्ता दे विच सी, ते अज भी उही ट्रांसपोर्ट पॉलिसी पंजाब विच चल रही है। ट्रांसपोर्ट पॉलिसी तो छड्डो, वो टाइम टेबल भी अज तक नहीं बदले गए जिहड़े पिछली सरकार ने सैट किए सी। पता नहीं इन्हां दी की मिली भुगत है, की इन्हां दे आपस च सांझ है, हुण तक उही चल रहा है। ट्रांसपोर्ट पॉलिसी नूं जे असीं रैशनलाइज करिए तां पैसा बहुत आ सकता है, क्योंकि जिहड़ियां वड्डियां कोच ने करोड़ करोड़ रुपए दीआं एसी बसां ने, तुसीं हैरान होवोंगे इंटीग्रेटेड कोचिस ते जिहड़ा है पर किलोमीटर टैक्स घट है ते आम बसां दे टैक्स ज़्यादा है। सो मेरा कहण तो भाव है जिहड़ा एसी बस च बहिंदा है वह तां टैक्स घट दिंदा है, ते जिहड़ा सधारण बस च बहिंदा उह टैक्स ज़्यादा दिंदा है। हुण तुसीं आप ही अंदाजा ला लो इहदा फायदा किस परिवार नूं हो रहा है, ते अज भी क्यों वह फायदे चल रहे ने। सो ये तो भी होर आमदन सरकार वधा सकती है। अर्बन डिवेलपमेंट पॉलिसी है जिहड़ा शहरीकरण की, उस भी जिहड़ी दो डिपार्टमेंट ने अर्बन डिवेलपमेंट डिपार्टमेंट वाले की पॉलिसी होर तैयार कर रखी है, लोकल गवर्नमेंट ने होर तैयार कर रखी है, तो वह नतीजा की है कि गैर कानूनी कलोनियां बन रही ने, खमियाजा आम लोग जिहड़े बेचारे प्लॉट लेंदे ने उन्हां नूं भुगतना पैंदा है। फायदा हुंदा है कुछ गिणे मिणे लोगों जिहड़े चाहे इलीगल कलोनियां बना के बेच देन चाहे होर कुछ कर देन, ते अफसर शाही थले उन्हां तों पैसे लैके आपदा जेबां भरी जांदी है, ते जिहड़ा पैसा सरकार दे खजाने च आउणा चाहीदा सी उह जा कुछ पोलिटिकल लोगों की जेबां चले जांदा है, कुछ जिहड़ा है उह अफसरां की जेबां चले जांदा है, ते इह वी जिहड़ियां सारियां। सो पॉलिसीज़ नूं जे तक सरकार ये सोच के नहीं चलेगा कोई भी, खास तौर पर जिहड़ा सरकार दा मुखी है उहदा निशाना इक्को ही होवे कि मैं आपदे सूबे दा भला करना है, मैं लोकां नूं वधिया सर्विस देण दे नाल नाल जिन्ना वध तों वध टैक्स असीं इकट्ठा कर सकते हैं उह असीं इकट्ठा करके लोकां दी भलाई ते लाईए, उहनां चिर कुछ नहीं होणा। सानूं गुड गवर्नेंस ते एक ईमानदार जिहड़ी सोच वाले व्यक्ति चाहिए है जिहड़े पंजाब नूं अगे लै जा सकन। सो यह कुछ जिहड़ियां मेरियां उन्हां नूं सुझा ने भी यह जे पंजाब दा वाकई भला चाहुंदे ने तां उन्हां नूं दुबारे जिहड़ियां यह पॉलिसीज़ ने इन्हां दे विच रीलुक करना चाहिए है, ते देखण भी कित्थे कित्थे चोरी हो रही है, कित्थे कित्थे असीं सुधार करके पैसा पंजाब दे खजाने विच वध लिया सकदे हां, ते फिर पंजाब नूं कोई बहुता करजे ते निर्भर होण दी लोड़ नहीं पएगी भी इन्ना करजा असीं लईए। पर उहदे विच वी जे मैं कहांगा भी साडे सूबे दे वित्त मंत्री दे हत्थ विच बड़ा सीमित है, उहने तां जिहड़ी आमदन आ गई उह खर्च देणी है, इह सरकार जद तक दी मनशा ना होवे, जद तक सरकार इकट्ठे बहि के सारे खास तौर ते मुख मंत्री जिहड़ा उहदे मन विच ना होवे उन्ना चिर कुछ नहीं हो सकदा। तो मैं यही बेनती करदा भी सानू इस बजट तो बहुत वड्डी आस नहीं रखनी चाहीदी, क्योंकि जब थोड़े कोल साधन ही नहीं तो फिर तुसीं किवें खर्चोगे, वो साधन जिहड़े ने वधा चढ़ा के पेश किए गए। पंजाब का अर्थचारा बड़ा मंदहाली वल वध रहा है, तो जे इस तरीके नाल चलता रहा तो फिर जुलाई 2022 जब GST की कॉम्पनसेशन खत्म हो जाएगी, केंद्र सरकार वालों बंद हो जाएगी, तो उस तो बाद जो पंजाब का हाल हो सकता है वह कहण तो बाहर है, वो चिंता मैं अज व्यक्त कर रहा। वह गल्लां सामने साल डेढ़ साल बाद आउणगियां, मैं अज वित्त मंत्री नूं भी उस बारे उन्हां नूं चेतन चकन्ने करता भी तुसीं 2022 जुलाई तो बाद दे बारे सोचो, नहीं जे कुछ सानूं कॉम्पनसेशन बारे केंद्र सरकार तो कोई कमिटमेंट नहीं मिलती तो फिर पंजाब नूं बहुत आर्थिक तौर पर बुरे हालातों के लंघना पै सकता, इतों तक कि साड़ियाँ जिहड़ियां कमिटेड लाइबिलिटीज़ ने जो साडे तनखाहां ने वह भी शायद असी ना दे सकी, हालात पैदा हो सकते हैं। सो इस सारे बारे अज विचार चर्चा हुई है, तो मैं आस करदा कि ये जो मैं थोनू गल्लां जिन्नियां कि सीमित समय के कहनू तो बहुत कुछ है, क्योंकि जे असी एक एक स्कीम के बारे गल्लां करन आपी बड़ा समा लग जाए। मैं आस है भी ये थोनू शायद बजट के बारे कुछ कलैरिटी जिहड़ी जरूर होएगी। मैं इहनू आसान शब्दों में पेश करन की कोशिश की है, कई टैक्नीकल चीज़ा होंदियां जिहड़ियां शायद इन्नी आसान नहीं समझाउण वास्ते, जिहड़ा शायद अर्थ
ਚਾਰੇ ਬਾਰੇ ਅਰਥਸ਼ਾਸਤਰੀ ਨੇ ਜਿਹੜੇ ਉਹ ਜ਼ਿਆਦਾ ਵਧੀਆ ਸਮਝਾ ਸਕਦੇ ਨੇ ਜਾਂ ਸਮਝ ਸਕਦੇ ਨੇ। ਇਹੀ ਮੈਂ ਰੱਖਣਾ ਚਾਹੁੰਦਾ, ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਆਸ ਕਰਦਾ ਕਿ ਜਿਹੜਾ ਹੈ ਅਸੀਂ ਚੰਗੇ ਪੰਜਾਬ ਦੇ ਭਵਿੱਖ ਵੱਲ ਆਉਣ ਵਾਲੇ ਸਮੇਂ 'ਚ ਅਸੀਂ ਦੇਖ ਸਕੀਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।